ਸਵਾਗਤ ਹੈ ਤੁਹਾਡੇ ਇੱਕ ਵਾਰ ਫਿਰ ਅੱਜ ਦੀ ਆਪਣੀ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਇਸ ਵੀਡੀਓ ਦੇ ਵਿੱਚ 10ਵੀਂ ਜਮਾਤ ਦੇ ਜਿੰਨੇ ਵੀ ਪਾਠ ਹੈਗੇ ਉਹਨਾਂ ਪਾਠਾਂ ਦੇ ਅਨੁਸਾਰ ਤੁਹਾਡਾ ਜਿਹੜਾ ਸਿਲੇਬਸ ਹੈਗਾ NTSE ਦਾ ਉਸ ਨੂੰ ਕਰਾਂਗੇ ਇਹ ਤੁਹਾਡੇ ਪੇਪਰਾਂ ਦੇ ਵਿੱਚ ਵੀ ਕੰਮ ਆਉਣਗੇ ਤੇ ਤੁਹਾਡੇ NTSE ਦੇ ਪੇਪਰਾਂ ਦੇ ਲਈ ਵੀ ਠੀਕ ਹੈ ਇਸ ਕਰਕੇ ਨੰਨ ਧਿਆਨ ਨਾਲ ਦੇਖਣਾਗਾ ਅੱਜ ਅਸੀਂ ਸਮਾਜਿਕ ਸਿੱਖਿਆ ਦੇ ਭਾਗ ਭੂਗੋਲ ਦੇ ਪਹਿਲੇ ਦੋ ਪਾਠਾਂ ਦੇ ਪ੍ਰਸ਼ਨ ਕਰਾਂਗੇ ਇਸ ਵੀਡੀਓ ਦੇ ਵਿੱਚ ਠੀਕ ਹੈ ਜੀ ਧਿਆਨ ਨਾਲ ਸੁਣਨਾ ਦੇਖਣਾ ਕਰੀਏ ਸਟਾਰਟ ਚਲ ਪਹਿਲਾ ਪ੍ਰਸ਼ਨ ਹੈ ਸਾਡਾ ਅੱਜ ਭਾਰਤ ਦੇ ਦੱਖਣ ਵਿੱਚ ਕਿਹੜਾ ਮਹਾਸਾਗਰ ਹੈ ਹਾਂਜੀ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਗਾਣਾ ਆਪਾਂ 8ਵੀਂ ਤੋਂ ਪੜ੍ਹਨ ਲੱਗੇ ਅਗੇ ਕਿਹੜਾ ਮਹਾਸਾਗਰ ਹੈਗਾ ਹਿੰਦ ਮਹਾਸਾਗਰ ਜਿਹੜਾ ਕਿਨੇ ਕੁਮਾਰੀ ਦੇ نیچے ਆਪਾਂ ਵੇਖ ਦਿੰਨੇ ਹੈਗੇ ਅਗਲਾ ਪ੍ਰਸ਼ਨ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦੇ ਲੋਕਤੰਤਰੀ ਦੇਸ਼ ਕਿਹੜਾ ਹੈਗਾ ਹਾਂਜੀ ਕਿਹੜਾ ਹੈਗਾ ਭਾਰਤ ਅਗਲਾ ਪ੍ਰਸ਼ਨ ਇੱਕ ਧਾਰਨਾ ਅਨੁਸਾਰ ਭਾਰਤ ਦਾ ਨਾਮ ਭਰਤ ਨਾਮੀ ਰਾਜੇ ਦੇ ਨਾਮ ਤੋਂ ਪਿਆ ਜਿਸ ਦਾ ਵਰਣਨ ਕਿੱਥੇ ਹੈ ਹਾਂਜੀ ਦਿਸ ਕਿੱਥੇ ਵਰਣਨ ਵੀ ਰਿਗਵੇਦ ਦੇ ਵਿੱਚ ਅਪਾ ਪੜ੍ਹਦੇ ਨੇ ਭਾਰ ਦੇ ਵੱਖ-ਵੱਖ ਨਾਮ ਸੀ ਤਾਂ ਕੋਈ ਇੱਕ ਧਾਰਨਾ ਇਹ ਵੀ ਹੈਗਾ ਵੀ ਜਿਹੜਾ ਭਾਰਤ ਨਾਮ ਹੈਗਾ ਉਹ ਭਰਤ ਨਾਮੀ ਰਾਜੇ ਦੇ ਨਾਮ ਤੋਂ ਪਿਆ ਇਹਦਾ ਜ਼ਿਕਰ ਕਿੱਥੇ ਵੀ ਰਿਗਵੇਦ ਦੇ ਵਿੱਚ ਹਾਂਜੀ ਅਗਲਾ ਪ੍ਰਸ਼ਨ ਭਾਰਤ ਏਸ਼ੀਆ ਮਹਾਦੀਪ ਦੇ ਦੱਖਣ ਵਿੱਚ ਸਥਿਤ ਹੈ ਇਸ ਕਾਰਨ ਇਸ ਨੂੰ ਹੋਰ ਕਿਸ ਨਾਮ ਨਾਲ ਪੁਕਾਰਿਆ ਜਾਂਦਾ ਹੈਗਾ ਦੱਖਣ ਵਿੱਚ ਸਥਿਤ ਇਸ ਕਰਕੇ ਕੀ ਕਿਹਾ ਜਾਊਗਾ ਵੀ ਦੱਖਣੀ ਏਸ਼ੀਆ ਹਾਂਜੀ ਅਗਲਾ ਪ੍ਰਸ਼ਨ ਕਿਹੜੀ ਨਹਿਰ ਦੇ ਖੁੱਲਣ ਕਾਰਨ ਭਾਰਤ ਨੂੰ ਪੱਛਮੀ ਯੂਰਪ ਨਾਲ ਵਪਾਰ ਵਿੱਚ ਸਹਾਨੀ ਹੋਈ ਹਾਂਜੀ ਕਿਹੜੀ ਨਹਿਰ ਸੀ ਸuez ਨਹਿਰ ਜਾਂ ਸਵੇਜ਼ ਨਹਿਰ ਅਗਲਾ ਪ੍ਰਸ਼ਨ ਮਹਾਨ ਹਿਮਾਲਿਆ ਭਾਰਤ ਦੇ ਕਿਸ ਪਾਸੇ ਸਥਿਤ ਹੈ ਆਪਾਂ ਪੜ੍ਹਦੇ ਅਗੇ ਕਿਸ ਪਾਸੇ ਸਥਿਤ ਹੈ ਉੱਤਰ ਦੇ ਵਿੱਚ ਭਾਰਤ ਦੇ ਨਕਸ਼ੇ ਦੇ ਵਿੱਚ ਜੇਕਰ ਤੁਸੀਂ ਦੇਖੋਗੇ ਤਾਂ ਹਿਮਾਲਿਆ ਪਹਾੜ ਦਾ ਜਿਹੜਾ ਆਕਾਰ ਹੈਗਾ ਉਹ ਇੱਕ ਉਤਲ ਚਾਪ ਵਰਗਾ ਤਨੁਸ਼ ਵਰਗਾ ਹੈਗਾ ਠੀਕ ਹੈ ਹਾਂਜੀ ਅਗਲਾ ਪ੍ਰਸ਼ਨ ਪ੍ਰਯੰਕਾ ਕੁਮਾਰੀ ਕਸ਼ਮੀਰ ਵਿੱਚ ਰਹਿੰਦੀ ਹੈ ਉਸਨੇ ਕੁਮਨਿਫਰਲੀ ਕੰਨਿਆ ਕੁਮਾਰੀ ਤਾਮਿਲਨਾਡੂ ਹਣਾ ਹੈ ਉਸ ਨੂੰ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਲਗਭਗ ਕਿੰਨਾ ਸਫ਼ਰ ਤੈਅ ਕਰਨਾ ਪਵੇਗਾ ਹਾਂਜੀ ਆਪਾਂ ਪੜ੍ਹਦੇ ਹਾਂਗੇ ਜੰਮੂ ਕਸ਼ਮੀਰ ਤੋਂ ਲੈ ਕੇ ਕਨਿਆ ਕੁਮਾਰੀ ਤੱਕ ਭਾਰਤ ਦੀ ਲੰਬਾਈ ਕਿੰਨੀ ਹੈ ਉੱਤਰ ਤੋਂ ਦੱਖਣ ਤੱਕ ਹਾਂਜੀ ਵੈਰੀ ਗੁੱਡ ਕਿੰਨੀ ਹੈ ਕਿ 3214 ਕਿਲੋਮੀਟਰ ਜੇਕਰ ਪੁੱਛਿਆ ਜਾਵੇ ਵੀ ਅਰੁਣਾਚਲ ਪ੍ਰਦੇਸ਼ ਤੋਂ ਲੈ ਕੇ ਗੁਜਰਾਤ ਤੱਕ ਭਾਰਤ ਦੀ ਲੰਬਾਈ ਕਿੰਨੀ ਹੈ ਕਿ ਫਿਰ ਕਿੰਨੀ ਲਿਖਾਂਗੇ ਅਸੀਂ 2900 33 ਕਿਲੋਮੀਟਰ ਠੀਕ ਹੈ ਬੋ ਤਾਂ ਇਹ ਵੀ ਯਾਦ ਰੱਖਣਾਗਾ ਭਾਰਤ ਦੀ ਉੱਤਰ ਤੋਂ ਲੈ ਕੇ ਦੱਖਣ ਤੱਕ ਲੰਬਾਈ 3214 ਕਿਲੋਮੀਟਰ ਹੈ ਜੇਕਰ ਪੁੱਛਿਆ ਜਾਵੇ ਵੀ ਗੁਜਰਾਤ ਤੋਂ ਲੈ ਕੇ অরਣachal ਪ੍ਰਦੇਸ਼ অরਣachal ਪ੍ਰਦੇਸ਼ ਤੋਂ ਗੁਜਰਾਤ ਪੂਰਬ ਤੋਂ ਪੱਛਮ ਤੱਕ ਤਾਂ 2933 ਕਿਲੋਮੀਟਰ ਠੀਕ ਹੈ ਜੀ ਅਗਲਾ ਪ੍ਰਸ਼ਨ ਖੇਤਰਫਲ ਦੇ ਹਿਸਾਬ ਨਾਲ ਭਾਰਤ ਸੰਸਾਰ ਵਿੱਚ ਕਿੰਵੇਂ ਨੰਬਰ ਤੇ ਆਉਂਦਾ ਹੈਗਾ ਹਾਂਜੀ ਵੈਰੀ ਗੁੱਡ ਕਿੰਵੇਂ ਤੇ ਆਉਂਦਾ ਹੈਗਾ ਸੌਰੀ 7ਵੇਂ ਤੇ ਕਿੰਵੇਂ ਨੰਬਰ ਤੇ ਵੀ 7ਵੇਂ ਨੰਬਰ ਤੇ ਤੇ ਪਹਿਲੇ ਨੰਬਰ ਤੇ ਕਿਹੜਾਗਾ ਵਿਦੇਸ਼ ਰੂਸ ਰੂਸ ਜਾਂ ਰਸ਼ੀਆ ਕਹਿੰਦੇ ਨੇ ਆਪਾਂ ਠੀਕ ਹੈ ਜੀ ਇੱਕ ਇਹਦੇ ਵਿੱਚ ਹੋਰ ਤੁਸੀਂ ਕੁਐਸਚਨ ਕਰੇ ਵੀ ਇੱਕ ਦੇਸ਼ ਆਉਂਦਾਗਾ ਜਿਹੜਾ ਆਬਾਦੀ ਤੇ ਖੇਤਰਫਲ ਪੱਖੋਂ 5ਵੇਂ ਸਥਾਨ ਤੇ ਹੈਗਾ ਤੇ ਉਹ ਕਿਹੜਾਗਾ ਬ੍ਰਾਜ਼ੀਲ ਇਹ ਤੁਸੀਂ ਪੜਨਾਗਾ ਕਿਹ ਵਾਰੀ ਪੁੱਛ ਲੰਦੇ ਹੈਗੇ ਠੀਕ ਹੈ ਜੀ ਜੇ ਭਾਰਤ 7ਵੇਂ ਨੰਬਰ ਤੇ ਹੈਗਾ ਜੇਕਰ ਦੁਨੀਆ ਵਿੱਚ ਸਭ ਤੋਂ ਵੱਡਾ ਖੇਤਰਫਲ ਭੁਖੋ ਦੇਚ ਪੁੱਛਿਆ ਜਾਵੇ ਤਾਂ ਰੂਸ 5ਵੇਂ ਨੰਬਰ ਤੇ ਪੁੱਛਿਆ ਜਾਵੇ ਆਬਾਦੀ ਭੁਖੋ ਦੇ ਖੇਤਰਫਲ ਭੁਖੋ ਫਿਰ ਬ੍ਰਾਜ਼ੀਲ ਹਾਂਜੀ ਅਗਲਾ ਪ੍ਰਸ਼ਨ ਆਜ਼ਾਦੀ ਤੋਂ ਪਹਿਲਾਂ ਭਾਰਤ ਵਿੱਚ ਕਿੰਨੀਆਂ ਰਾਜਾਂ ਸਨ ਹਾਂਜੀ ਕਿੰਨੀਆਂ ਰਾਜਾਂ ਸਨ 562 ਪਹਿਲੀ ਨਵੰਬਰ 1966 ਈਸਵੀ ਨੂੰ ਜੋਕਾ ਪੰਜਾਬ ਰਾਜ ਕਿਸ ਆਧਾਰ ਤੇ ਹੋਂਦ ਵਿੱਚ ਆਇਆ ਹਾਂਜੀ ਕਿਸ ਆਧਾਰ ਤੇ ਭਾਸ਼ਾ ਦੇ ਆਧਾਰ ਤੇ 1 ਨਵੰਬਰ 1966 ਨੂੰ ਪੰਜਾਬ ਨੂੰ ਭਾਸ਼ਾ ਦੇ ਆਧਾਰ ਤੇ ਬਣ ਦਿੱਤਾ ਗਿਆ ਤੇ ਦੋ ਰਾਜ ਬਣਾਤੇ ਇੱਕ ਪੰਜਾਬ ਦੂਜਾ ਹਰਿਆਣਾ ਇੱਥੇ ਇਹਦੇ ਨਾਲ ਮਿਲਦਾ ਜੋ ਅਲੱਗ ਇੱਕ ਪ੍ਰਸ਼ਨ ਹੈਗਾ ਵੀ ਭਾਰਤ ਦਾ ਭਾਸ਼ਾ ਦੇ ਆਧਾਰ ਤੇ ਬਣਨ ਵਾਲਾ ਜਿਹੜਾ ਪਹਿਲਾ ਰਾਜ ਸੀ ਠੀਕ ਹੈ ਜੀ ਉਹ ਸੀ ਆਂਧਰਾ ਪ੍ਰਦੇਸ਼ ਇਹ ਵੀ ਤੁਸੀਂ ਯਾਦ ਰੱਖਣਾ ਵੀ ਚਾਹੀਏ ਨੋਟ ਕਰ ਲਿਓ ਨੂੰ ਠੀਕ ਹੈ ਜੀ ਪੰਜਾਬ ਸੌਰੀ ਭਾਰਤ ਵਿੱਚ ਪਾਸ਼ਾ ਦੀ ਆਧਾਰ ਤੇ ਬਣਨ ਵਾਲਾ ਪਹਿਲਾ ਰਾਜ ਆਂਧਰਾ ਪ੍ਰਦੇਸ਼ ਕਦੋਂ ਬਣਿਆ ਸੀ ਵੀ ਇਹ 1956 ਦੇ ਵਿੱਚ ਠੀਕ ਹੈ ਜੀ ਅਗਲਾ ਪ੍ਰਸ਼ਨ ਜੇਕਰ ਤੁਸੀਂ ਭਾਰਤ ਦੇ ਸਭ ਤੋਂ ਵੱਡੇ ਰਾਜ ਵਿੱਚ ਘੁੰਮਣ ਫਿਰਨ ਜਾਣਾ ਹੋਵੇ ਤਾਂ ਤੁਹਾਡਾ ਰਾਜ ਕਿਹੜਾ ਹੋਵੇਗਾ ਹਾਂਜੀ ਕਿਹੜਾ ਸਭ ਤੋਂ ਵੱਡਾ ਰਾਜ ਹਾਂਜੀ ਕਿਹੜਾ ਦਾ Rajasthan ਠੀਕ ਹੈ ਜੀ ਜੇਕਰ ਸਾਨੂੰ ਇੱਥੇ ਆਬਾਦੀ ਭੁਖੋ ਸਭ ਤੋਂ ਵੱਡਾ ਪੁੱਛਦੇ ਵੀ ਫਿਰ ਅਸੀਂ ਕੀ ਟਿੱਕ ਕਰਦੇ ਉੱਤਰ ਪ੍ਰਦੇਸ਼ ਠੀਕ ਹੈ ਹਾਂਜੀ ਅਗਲਾ ਪ੍ਰਸ਼ਨ ਜਿਸ ਤਰ੍ਹਾਂ ਰੋਟੀ ਨੂੰ ਪ੍ਰਸ਼ਾਦ ਦਾ ਵੀ ਕਿਹਾ ਜਾਂਦਾ ਹੈ गाइस ਇਸੇ ਤਰ੍ਹਾਂ ਲੋਕ ਸਭਾ ਨੂੰ ਹੋਰ ਕੀ ਕਿਹਾ ਜਾਂਦਾਗਾ ਹਾਂਜੀ ਲੋਕ ਸਭਾ ਨੂੰ ਕੀ ਕਿਹਾ ਜਾਂਦਾਗਾ ਹੇਠਲਾ ਸਦਨ ਰਾਜ ਸਭਾ ਉੱਪਰਲਾ ਸਦਨ ਲੋਕ ਸਭਾ ਹੇਠਲਾ ਸਦਨ ਅਗਲਾ ਪ੍ਰਸ਼ਨ ਤੁਸੀਂ ਭਾਰਤ ਵਿੱਚ ਲਿੰਗ ਅਨੁਪਾਤ ਪਤਾ ਕਰਨਾ ਹੈ ਤਾਂ ਹੇਠ ਲਿਖਿਆਂ ਵਿੱਚੋਂ ਕਿਹੜਾ ਫਾਰਮੂਲਾ ਚੁਣੋਗੇ ਹਾਂਜੀ ਤੁਸੀਂ ਕੀਤਾ ਹੁਣ ਹਾਂਜੀ ਵੈਰੀ ਗੁੱਡ ਕੀ ਆਊਗਾ 1000 ਮਰਦਾਂ ਪਿੱਛੇ ਔਰਤਾਂ ਦੀ ਗਿਣਤੀ ਠੀਕ ਹੈ ਜੀ ਹਾਂਜੀ ਇਸ ਤੋਂ ਬਾਅਦ ਅਸੀਂ ਦੂਜੇ ਪਾਠ ਦੇ ਕੁਝ ਪ੍ਰਸ਼ਨ ਕਰਾਂਗੇ ਦੂਸਰਾ ਪਾਠ ਸਾਡਾ ਧਰਾਤਲ ਨਾਲ ਰਿਲੇਟਡ ਹੈ ਬਹੁਤ ਇੰਪੋਰਟੈਂਟ ਕੁਐਸਚਨ ਹੈ ਇਹਦੇ ਵਿੱਚੋਂ ਲਗਭਗ ਹਰ ਵਾਰੀ ਕਿਨੰਦਾ ਤੁਹਾਨੂੰ ਕੁਐਸਚਨ ਪੁੱਛਿਆ ਜਾਏਗਾ ਤੁਹਾਡੇ ਪੇਪਰ ਦੇ ਵਿੱਚ ਵੀ ਤੇ ਐਨਟੀਐਸ ਐਗਜ਼ਾਮ ਦੇ ਵਿੱਚ ਵੀ ਕਰੀਏ ਜੀ ਸਟਾਰਟ ਭਾਰਤ ਦੇ ਰੁਨਾਚਲ ਪ੍ਰਦੇਸ਼ ਤੋਂ ਲੈ ਕੇ ਕਸ਼ਮੀਰ ਤੱਕ ਕਿਹੜੀ ਭੌਤਿਕ ਇਕਾਈ ਦਾ ਵਿਸਥਾਰ ਹੈ ਰੁਨਾਚਲ ਪ੍ਰਦੇਸ਼ ਤੋਂ ਲੈ ਕੇ ਕਸ਼ਮੀਰ ਤੱਕ ਕੀ ਫੈਲਿਆ ਹੈ ਵੀ ਵੈਰੀ ਗੁੱਡ ਹਿਮਾਲਿਆ ਪਰਬਤ ਫੈਲਿਆ ਹੋਇਆ ਹੈਗਾ ਅਗਲਾ ਪ੍ਰਸ਼ਨ ਅੱਜ ਜਿਸ ਸਥਾਨ ਤੇ ਹਿਮਾਲਿਆ ਪਰਬਤ ਸਥਿਤ ਹਨ ਲਗਭਗ ਕਈ ਲੱਖ ਸਾਲ ਪਹਿਲਾਂ ਇੱਥੇ ਕਿਹੜਾ ਸਾਗਰ ਸੀ ਹਾਂਜੀ ਕਿਹੜਾ ਸਾਗਰ ਸੀ ਟੈਥਿਸਨਾ ਦਾ ਸਾਗਰ ਅਗਲਾ ਪ੍ਰਸ਼ਨ ਇਹ ਇੱਥੇ ਲਿਖਿਆ ਵਿੱਚੋਂ ਹਿਮਾਲਿਆ ਦੀਆਂ ਕਿਹੜੀਆਂ ਪਹਾੜੀ ਸ਼੍ਰੇਣੀਆਂ ਦਾ ਜ਼ਿਆਦਾ ਹਿੱਸਾ ਤਿੱਬਤ ਵਿੱਚ ਹੈ? ਹਾਂਜੀ। ਕਿਹੜਾ ਹਿਮਾਲਿਆ ਹੈਗਾ ਉਹ? ਟਰਾਂਸ ਹਿਮਾਲਿਆ। ਇਹਦਾ ਜ਼ਿਆਦਾਤਰ ਭਾਗ ਕਿਹੜੀ ਸਾਈਡ ਤੇ ਤਿੱਬਤ ਵਿੱਚ ਹੈ? ਅਗਲਾ ਪ੍ਰਸ਼ਨ ਗੋਡਵਿਨ ਆਸਟਿਨ K2 ਕਿਸ ਪਹਾੜੀ ਸ਼੍ਰੇਣੀ ਵਿੱਚ ਪੈਂਦੀ ਹੈ? ਹਾਂਜੀ, ਇਹ ਪੈਂਦੀ ਹੈਗੀ ਕਾਰਾਕੁਰਮ ਦੇ ਵਿੱਚ। ਠੀਕ ਹੈ ਜੀ। ਇਹ ਭਾਗ ਕਿਹੜਾ ਹੈਗਾ? ਕਾਰਾਕੁਰਮ ਸ਼੍ਰੇਣੀ ਦਾ ਭਾਗ ਹੈਗਾ ਗੋਡਵਿਨ ਆਸਟਿਨ ਦੁਨੀਆ ਦੀ ਦੂਜੀ ਸਭ ਤੋਂ ਉੱਚੀ ਚੋਟੀ ਹੈ ਵੀ। ਪਹਿਲੀ ਆਪਾਂ ਗੱਲ ਗੱਲ ਕੀਤੀ ਸੀ ਪਹਿਲੀ ਸਭ ਤੋਂ ਉੱਚੀ ਚੋਟੀ ਕਿਹੜੀ ਹੈਗੀ ਦੁਨੀਆ ਦੀ ਮਾਉਂਟ ਐਬਰੈਸਟ 8848 ਮੀਟਰ ਠੀਕ ਹੈ ਜੀ ਜੇਕਰ ਗੋਡਵਿਨ ਆਸਟਨ ਦੀ ਗੱਲ ਕੀਤੀ ਜਾਵੇ ਤਾਂ ਇਸ ਦੀ ਉਚਾਈ 8600 11 ਮੀਟਰ ਹੈਗੀ ਠੀਕ ਹੈ ਇਹ ਹੈ ਕਿੱਥੇ ਹੈ ਗਈ ਪੋਕੇ ਦੇ ਵਿੱਚ ਪਾਕਿਸਤਾਨ ਅਓਕੂਪਾਈਡ ਕਸ਼ਮੀਰ ਦੇ ਵਿੱਚ ਠੀਕ ਹੈ ਜੀ ਅੱਗੇ ਆਪਾਂ ਗੱਲ ਕਰੀਏ ਇੱਥੇ ਲਿਖਿਆ ਵਿੱਚੋਂ ਭਾਰਤ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ ਭਾਰਤ ਦੀ ਸਭ ਤੋਂ ਉੱਚੀ ਚੋਟੀ ਹੈ ਵੀ ਕੰਚਨ ਜੰਗਾ ਠੀਕ ਹੈ ਤੇ ਇਹਦੀ ਉਚਾਈ ਕਿੰਨੀ ਹੈਗੀ 8586 ਮੀਟਰ ਠੀਕ ਹੈ ਜੀ ਇਹ ਭਾਰਤ ਦੀ ਸਭ ਤੋਂ ਉੱਚੀ ਚੋਟੀ ਹੈ ਇਹਦੀ ਉਚਾਈ ਕਿੰਨੀ ਹੈਗੀ 8586 ਮੀਟਰ 8586 ਮੀਟਰ ਹਾਂ ਜੀ ਅਗਲਾ ਪ੍ਰਸ਼ਨ ਤੁਸੀਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਪੀਰ ਪੰਜਾਲ ਪਹਾੜੀ ਸ਼੍ਰੇਣੀ ਦੇਖਣ ਜਾਣਾ ਹੈ ਤਾਂ ਤੁਹਾਨੂੰ ਕਿਸ ਰਾਜ ਵਿੱਚ ਜਾਣਾ ਪਵੇਗਾ ਹਾਂਜੀ ਕਿੱਥੇ ਜਾਣਾ ਪੈਣਾ ਸਾਨੂੰ ਹਿਮਾਚਲ ਪ੍ਰਦੇਸ਼ ਦੇ ਵਿੱਚ ਹਿਮਾਚਲ ਪ੍ਰਦੇਸ਼ ਤੋਂ ਲੈ ਕੇ ਕਸ਼ਮੀਰ ਤੱਕ ਇਹ ਜਿਹੜੀ ਪੀਰ ਪੰਜਾਲ ਸ਼੍ਰੇਣੀਆਂ ਹੋ ਗਈ ਉਹ ਚਲੀ ਜਾਂਦੀ ਹੈਗੀ ਅਗਲਾ ਪ੍ਰਸ਼ਨ ਸਤਲੁਜ ਗੰਗਾ ਤੇ ਬ੍ਰਹਮਪੁੱਤਰ ਨਦੀਆਂ ਦੁਆਰਾ ਨਖੇਪਣ ਨਾਲ ਕਿਸ ਕਿਸ ਦੀ ਰਚਨਾ ਕੀਤੀ ਗਈ ਹੈਗੀ ਹਾਂਜੀ ਆਪਾਂ ਪੜ੍ਹਦੇ ਅਗੇ ਕਿਹਦੀ ਰਚਨਾ ਕੀਤੀ ਜਾਂਦੀ ਹੈਗੀ ਉੱਤਰੀ ਵਿਸ਼ਾਲ ਮੈਦਾਨ ਇਹ ਜਿਹੜੀਆਂ ਨਦੀਆਂ ਸੀ ਆਪਣੇ ਨਾਲ ਜਿਹੜੀ ਮਿੱਟੀ ਨੂੰ ਬਹਾ ਕੇ ਲੈਂਦੀਆਂ ਸੀ ਉਹ ਉੱਤਰੀ ਮੈਦਾਨਾਂ ਦੇ ਵਿੱਚ ਵਿਛਾਈ ਗਈ ਜਿਸ ਕਰਣ ਉੱਤਰੀ ਵਿਚਾਲ ਮੈਦਾਨ ਬਹੁਤ ਜ਼ਿਆਦਾ ਉਪਜਾਊ ਨੇ ਹਾਂਜੀ ਅਗਲਾ ਜਲੌੜੀ ਮਿੱਟੀ ਜਲੌੜੀ ਸ਼ੰਕੂ ਅਤੇ ਦਰਿਆਈ ਪੌੜੀਆਂ ਕਿਸ ਦੁਆਰਾ ਬਣਾਈ ਜਾਂਦੇ ਹਨ ਕਿਸ ਦੁਆਰੇ ਬਣਾਏ ਜਾਂਦੇਗੇ ਦਰਿਆਵਾਂ ਦੁਆਰਾ ਹਾਂਜੀ ਅਗਲਾ ਪ੍ਰਸ਼ਨ ਪੰਜਾਬ ਵਿੱਚ ਦਰਿਆਵਾਂ ਦੇ ਆਸ-ਪਾਸ ਅਕਸਰ ਆਉਣ ਵਾਲੇ ਹੜ੍ਹਾਂ ਕਾਰਨ ਬਣੇ ਮੈਦਾਨ ਨੂੰ ਕੀ ਕਿਹਾ ਜਾਂਦਾ ਹੈ ਕੀ ਕਿਹਾ ਜਾਂਦਾ ਹੈ ਜੀ ਬੇਟ ਅਗਲਾ ਪ੍ਰਸ਼ਨ ਸ਼ਿਵਾਲਿਕ ਖੇਤਰ ਵਿੱਚ ਰੇਤ, ਬਜਰੀ, ਪੱਥਰ ਤੇ ਗੀਟਿਆਂ ਤੋਂ ਬਣੇ ਮੈਦਾਨਾਂ ਨੂੰ ਕੀ ਕਿਹਾ ਜਾਂਦਾ ਹੈ ਪਾਬਰ ਕੀ ਕਹਿੰਦਾ ਜੀ ਪਾਬਰ ਜਾਂ ਪਾਬਰ ਜਾਂ ਇਹਨੂੰ ਘਾੜ ਵੀ ਕਹਿੰਦੇ ਨੇ ਵੀ ਕੀ ਕਹਿੰਦੇ ਨੇ ਹੋਰ ਇਹਨੂੰ ਘਾੜ ਹਾਂਜੀ ਅਗਲਾ ਪ੍ਰਸ਼ਨ 1947 ਸਵੀ ਦੀ ਵੰਡ ਤੋਂ ਬਾਅਦ ਕਿਹੜੇ ਮੈਦਾਨ ਦਾ ਵੱਡਾ ਹਿੱਸਾ ਪਾਕਿਸਤਾਨ ਵਿੱਚ ਚਲਾ ਗਿਆ ਹਾਂਜੀ ਕਿਹੜਾ ਮੈਦਾਨ ਸੀ ਉਹ ਪੰਜਾਬ ਅਤੇ ਹਰਿਆਣਾ ਦਾ ਹਾਂਜੀ ਅਗਲਾ ਪ੍ਰਸ਼ਨ ਸਾਡਾ ਤੁਹਾਡਾ ਸ਼ਹਿਰ ਹੇਠ ਲਿਖਿਆਂ ਵਿੱਚੋਂ ਕਿਸ ਦੁਆਬੇ ਵਿੱਚ ਪੈਂਦਾ ਹੈ ਹਾਂਜੀ ਅਤੇ ਤੁਹਾਨੂੰ ਦੱਸ ਦਈਏ ਦੁਆਬਾ ਦਾ ਮਤਲਬ ਹੁੰਦਾਗਾ ਸੌਰੀ ਦੁਆਬਾ ਦਾ ਮਤਲਬ ਕੀ ਹੁੰਦਾਗਾ ਦੋ ਦਰਿਆਵਾਂ ਦੇ ਵਿਚਕਾਰਲਾ ਭਾਗ ਠੀਕ ਹੈ ਜੀ ਦੋ ਦਰਿਆਵਾਂ ਦੇ ਵਿਚਕਾਰਲੇ ਭਾਗ ਨੂੰ ਦੁਆਬ ਕਹਿੰਦਾ ਹੈਗਾ ਤਾਂ ਜਿੰਨੇ ਵੀ ਦੁਆਬੇ ਹੈਗੇ ਉਹਨਾਂ ਦਾ ਜਿਹੜਾ ਨਾਮ ਹੈਗਾ ਉਹ ਦੋਨੇ ਦਰਿਆਵਾਂ ਦੇ ਮੁੱਢਲੇ ਅੱਖਰਾਂ ਤੋਂ ਮਿਲਾ ਕੇ ਬਣਿਆ ਹੈਗਾ ਠੀਕ ਹੈ ਜਿਵੇਂ ਆਪਾਂ ਗੱਲ ਕਰਦੀਏ ਪਹਿਲਾ ਕਾ ਬਾਰੀ ਦੁਆਬ ਠੀਕ ਹੈ ਜਾਨੀ ਕਿ ਇਹ ਇਹ ਦੁਆਬਾ ਹੈਗਾ ਕਿਸ ਕਿਸ ਦੇ ਵਿਚਕਾਰ ਹੈਗਾ ਬਿਆਸ ਅਤੇ ਰਾਵੀ ਦੇ ਵਿਚਕਾਰ ਜਿੰਨੇ ਵੀ ਖੇਤ ਰਹਿ ਗਏ ਉਸ ਨੂੰ ਕੀ ਕਿਹਾ ਜਾਂਦਾਗਾ ਬਾਰੀ ਦੁਆਬ ਕਿਹਾ ਜਾਂਦਾਗਾ ਠੀਕ ਹੈ ਜੀ ਤੇ ਇਸ ਤੋਂ ਅੱਗੇ ਆ ਗਿਆ ਬਿਸਤੁ ਦੁਆਬ ਇਹਦੇ ਵਿੱਚ ਬਿਆਸ ਅਤੇ ਸਤਲੁਜ ਦਾ ਖੇਤਰ ਆ ਜਾਂਦਾਗਾ ਠੀਕ ਹੈ ਇਸੇ ਤਰੀਕੇ ਨਾਲ ਮਾਲਵਾ ਆ ਜਾਂਦਾਗਾ ਮਾਲਵਾ ਸਤਲੁਜ ਅਤੇ ਘੱਗਰ ਦੇ ਵਿਚਕਾਰਲਾ ਇਲਾਕਾਗਾ ਚੱਜ ਚਨਾਬ ਅਤੇ ਜੇਲਮ ਦੇ ਵਿਚਕਾਰਲਾ ਇਲਾਕਾਗਾ ਠੀਕ ਹੈ ਜੀ ਤੇ ਅਸੀਂ ਕਿਹੜੇ ਦੁਆਬੇ ਦੇ ਵਿੱਚ ਆਉਂਦੇ ਹੈਗੇ ਵੀ ਬਾਰੀ ਦੁਆਬੇ ਦੇ ਵਿੱਚ ਜਿਹੜਾ ਕਿ ਅਸੀਂ ਇਸ ਨੂੰ ਕਹਿ ਸਕਦੇ ਹਾਂ ਕਿ ਵੀ ਇਹ ਪੰਜਾਬ ਦੇ ਮੱਧ ਵਿੱਚ ਸਥਿਤ ਹੈਗਾ ਤੇ ਜਿਹੜਾ ਖੇਤਰ ਮਾਨਸਾ ਬਠਿੰਡਾ ਇਸ ਸਾਈਡ ਤੇ ਹੈਗਾ ਇਹ ਕਿਹੜੇ ਇਹਨਾਂ ਨੂੰ ਇਹ ਕਿਹੜੇ ਖੇਤਰ ਦੇ ਵਿੱਚ ਆਉਂਦੇ ਹੈਗੇ ਮਾਲਵਾ ਦੇ ਵਿੱਚ ਇਹਨਾਂ ਦੇ ਲੋਕਾਂ ਨੂੰ ਕੀ ਕਹਿੰਦਾ ਹੈਗਾ ਮਲਬਈ ਤੇ ਬਾਰੀ ਦੁਆਬ ਨੂੰ ਹੋਰ ਕੀ ਕਹਿੰਦੇਗਾ ਵੀ ਮੱਜਾ ਵੀ ਕਹਿੰਦਾ ਹੈਗਾ ਤੇ ਇੱਥੋਂ ਦੇ ਲੋਕਾਂ ਨੂੰ ਕੀ ਕਹਿੰਦਾ ਹੈਗਾ ਮਜ਼ੈਲ ਠੀਕ ਹੈ ਜੀ ਤੇ ਮਾਲਵਾ ਦੇ ਲੋਕਾਂ ਨੂੰ ਕੀ ਕਿਹਾ ਜਾਂਦਾਗਾ ਮਲਬਈ ਠੀਕ ਹੈ ਜੀ ਅਗਲਾ ਪ੍ਰਸ਼ਨ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਅਤੇ ਬਿਜਨੌਰ ਜ਼ਿਲ੍ਹਿਆਂ ਵਿੱਚ ਹਵਾ ਦੇ ਨਖੇਪ ਦੁਆਰਾ ਉੱਚੇ ਨੀਵੇਂ ਰੇਤ ਦੇ ਢਿੱਲਿਆਂ ਨੂੰ ਕੀ ਕਿਹਾ ਜਾਂਦਾਗਾ ਹਾਂਜੀ ਕੀ ਕਿਹਾ ਜਾਂਦਾਗਾ ਇਹਨਾਂ ਨੂੰ ਪੂੜ ਕੀ ਕਿਹਾ ਜਾਂਦਾਗਾ ਪੂੜ ਅਗਲਾ ਪ੍ਰਸ਼ਨ ਪੱਛਮੀ ਬੰਗਾਲ ਅਤੇ ਬੰਗਲਾਦੇਸ਼ ਵਿੱਚ ਸਥਿਤ ਡੈਲਟਾ ਕੀ ਨਾਮ ਹੈ ਹਾਂਜੀ ਕਿ ਨਾਮ ਹੈ ਵੀ ਸੁੰਦਰਬਨ ਡੈਲਟਾ ਇਹ ਦੁਨੀਆ ਦਾ ਸਭ ਤੋਂ ਵੱਡਾ ਡੈਲਟਾ ਹੈਗਾ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਆਪਾਂ ਟੋਟਲ ਪਾਰਟ ਨੰਬਰ 1 ਦੇ 13 ਕੁਐਸਚਨ ਅਤੇ ਪਾਰਟ ਨੰਬਰ 2 ਦੇ 14 ਕੁਐਸਚਨ ਕੀਤੇ ਹੈਗੇ ਕੁੱਲ ਅਸੀਂ 27 ਪ੍ਰਸ਼ਨ ਇਹਦੇ ਵਿੱਚੋਂ ਕੀਤੇ ਹੈਗੇ ਜਿਹਦੇ ਵਿੱਚ ਜ਼ਿਆਦਾਤਰ ਕੁਐਸਚਨ ਤੁਹਾਨੂੰ ਆਉਂਦੇ ਹੋਣੇ ਤੁਸੀਂ ਇਹਨਾਂ ਕੁਐਸਚਨਾਂ ਨੂੰ ਪੜੋ ਤੇ ਇਹਨਾਂ ਬਾਅਦ ਜੋ ਵੀ ਅਸੀਂ ਪਾਠ ਕਰਨੇ ਵੀ ਇਹਨਾਂ ਪਾਠਾਂ ਨੂੰ ਵੀ ਨਾਲ-ਨਾਲ ਪੜ੍ਹਦੇ ਰਹੋ ਕਿਉਂਕਿ ਤੁਹਾਡੀ ਤਿਆਰੀ ਵੀ ਜ਼ਰੂਰੀ ਹੈ ਤੁਹਾਡੀ ਕਿਤਾਬ ਦੇ ਵਿੱਚੋਂ ਬਹੁਤ ਸਾਰੇ ਕੁਐਸਚਨ ਹੈਗੇ ਜਿਹੜੇ ਤੁਸੀਂ ਕਰ ਸਕਦੇ ਹੋਗੇ ਠੀਕ ਹੈ ਜੀ ਆਪਾਂ ਜਲਦ ਅਗਲੇ ਪਾਰਟ ਦੇ ਵਿੱਚ ਮਿਲਾਂਗੇ ਇਸ ਵੀਡੀਓ ਦੇ ਠੀਕ ਹੈ ਜੀ ਧੰਨਵਾਦ